ਸਿੱਧੇ ਕੰਮਾਂ ਤੋਂ ਤਾਂ ਦੁਨੀਆ ਖੁਸ਼ ਨਹੀਂ ਹੁੰਦੀ, ਪੁੱਠੇ ਕੰਮ ਤਾਂ ਜਰ ਲੈਂਦੇ ਆ, ਹਾਲੇਲੂਇਆ। ਜਦੋਂ ਕੋਈ ਰੱਬ ਦਾ ਨਾਂ ਲੈਂਦਾ ਉਹ ਲੋਕਾਂ ਨੂੰ ਵੀ ਭੈੜਾ ਲੱਗਣ ਲੱਗ ਜਾਂਦਾ, ਸ਼ੈਤਾਨ ਨੂੰ ਤਾਂ ਭੈੜਾ ਲੱਗ, ਕਿਉਂ ਉਹਨਾਂ ਦੇ ਨਹੀਂ ਵੱਸ, ਸ਼ੈਤਾਨ ਨੂੰ ਭੈੜਾ ਲੱਗਦਾ, ਹਾਲੇਲੂਇਆ। ਕਿੰਨੇ ਮਾੜੇ ਕੰਮ ਹੁੰਦੇ, ਕਿਸੇ ਉਹਨਾਂ ਨੇ ਕਿਤੇ ਕਿਸੇ ਨੇ ਬਾਈਕਾਟ ਕੀਤਾ ਵੇ, ਨਹੀਂ ਕਰਦੇ, ਕਿਉਂ ਨਹੀਂ ਕਰਦੇ, ਉਹ ਕੰਮ ਉਹਨਾਂ ਵਾਲੇ ਹੀ ਆ, ਹਾਲੇਲੂਇਆ। ਇੱਥੇ ਪਰਮੇਸ਼ੁਰ ਵਾਲੇ ਜਦੋਂ ਕੰਮ ਹੁੰਦੇ ਉਦੋਂ ਹੀ ਬਾਈਕਾਟ ਲੋਕ ਕਰਦੇ ਹੁੰਦੇ ਆ, ਹਾਲੇਲੂਇਆ। ਪਰ ਆਪਾਂ ਪਰਵਾਹ ਨਹੀਂ ਕਿਸੇ ਦੀ ਵੀ ਕਰਨੀ, ਹਾਲੇਲੂਇਆ। ਪ੍ਰਭੂ ਦੇ ਅੰਗ ਜੱਗ ਦੇ ਤੁਰੇ ਫਿਰਦੇ ਆ, ਹਾਲੇਲੂਇਆ। ਕਹਿੰਦਾ ਸਗੋਂ ਜਿੰਨੇ ਕੁ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋ ਉਹਨਾਂ ਕੁ ਆਨੰਦ ਕਰੋ ਕਿ ਉਹਦੇ ਤੇਜ਼ ਦੇ ਪ੍ਰਕਾਸ਼ ਹੋਣ ਵੇਲੇ ਵੀ ਤੁਸੀਂ ਡਾਢੇ ਆਨੰਦ ਨਾਲ ਨਿਹਾਲ ਹੋਵੋ, ਹਾਲੇਲੂਇਆ। ਕਹਿੰਦੇ ਜਿੰਨੇ ਕੁ ਤੁਸੀਂ ਦੁੱਖਾਂ ਵਿੱਚ ਸਾਂਝੀ ਉਹਨਾਂ ਕਹਿੰਦਾ ਆਨੰਦ ਹੋਵੋ, ਜਦੋਂ ਪ੍ਰਭੂ ਯਿਸੂ ਜੀ ਆਉਣਗੇ ਉਹਦਾ ਪ੍ਰਕਾਸ਼ ਆਊਗਾ, ਕਹਿੰਦੇ ਉਨੇ ਤੁਸੀਂ ਆਨੰਦ ਹੋਵੋਗੇ, ਹਾਲੇਲੂਇਆ। ਕਹਿੰਦਾ ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਵੱਜਣ ਤਾਂ ਧੰਨ ਹੋ, ਇਸ ਲਈ ਜੋ ਤੇਜ਼ ਦਾ ਅਤੇ ਪਰਮੇਸ਼ੁਰ ਦਾ ਆਤਮਾ ਤੁਹਾਡੇ ਉੱਤੇ ਠਹਿਰਦਾ ਹੈ, ਹਾਲੇਲੂਇਆ, ਹਾਲੇਲੂਇਆ। ਬੋਲੀਆਂ ਵੱਜਦੀਆਂ ਜੀ ਮਸੀਹ 'ਚ ਆਉਣੇ ਆ, ਪਰ ਤਾਂ ਆਪਾਂ ਨੂੰ ਘਰ ਦੇ ਨਹੀਂ ਟਿਕਣ ਦਿੰਦੇ ਗੇ, ਹਾਲੇਲੂਇਆ। ਤੁਸੀਂ ਉਹਨੂੰ ਮੰਨਣ ਲੱਗ ਗਏ, ਤੁਹਾਨੂੰ ਆਏ ਹੋਣ, ਤੁਹਾਡੇ ਨਾਲ ਹੋਣ ਲੱਗ ਗਿਆ, ਤੁਹਾਡੇ ਆਏ ਹੋਣ ਲੱਗ, ਉਹ ਤਾਂ ਹੋਣਾ ਹੀ ਹੋਣਾ ਵੈ, ਹਾਲੇਲੂਇਆ। ਫਿਰ ਕੀ ਹੁੰਦਾ ਵੈ, ਇਹਤੋਂ ਆਪਾਂ ਡਰਨਾ ਨੀਗਾ, ਹਾਲੇਲੂਇਆ। ਉਹ ਕਹਿੰਦੇ ਪ੍ਰਭੂ ਯਿਸੂ ਨੂੰ ਕਿਹੜਾ ਥੋੜ੍ਹੀਆਂ ਬੋਲੀਆਂ ਵੱਜੀਆਂ ਸੀ, ਉਹ ਕਹਿੰਦਾ ਹੁੰਦੀਆਂ ਹੀ ਹੈ, ਤਾਂ ਹੋਣਾ ਹੀ ਹੋਣਾ ਵੈ, ਹਾਲੇਲੂਇਆ। ਐਂ ਵੀ ਲੋਕ ਮੈਨੂੰ ਤਾਨੇ ਮਾਰਨ ਲੱਗ ਗਏ, ਤੂੰ ਹੋਰ ਜਾ ਤੇ ਤਾਂ ਹੁਣ ਉਦੋਂ ਵੀ ਧੋਖਾ ਹੋ ਗਿਆ, ਤੂੰ ਉਦੋਂ ਵੀ ਗਰੀਬ ਹੋ ਗਿਆ, ਤੂੰ ਉਦੋਂ ਵੀ ਬਿਮਾਰ ਰਹਿਣ ਲੱਗ ਗਿਆ, ਤਾਂ ਹੋਣਾ ਹੀ ਹੋਣਾ ਵੈ, ਹਾਲੇਲੂਇਆ। ਪਰਮੇਸ਼ੁਰ ਆਪਾਂ ਨੂੰ ਪਰਤਿਆਉਂਦਾ, ਪਹਿਲਾਂ ਪਰਖਦਾ ਵੈ, ਚੰਗਿਆ ਤਾਂ ਉਹਨੇ ਕਰਨਾ ਹੀ ਕਰਨਾ ਵੈ, ਹਾਲੇਲੂਇਆ। ਉਹਦਾ ਵੀ ਕੋਈ ਟਾਈਮ ਰੱਖਿਆ ਹੁੰਦਾ ਵੈ, ਹਾਲੇਲੂਇਆ। ਸੱਚਮੁੱਚ ਉਹ ਚੰਗਿਆਂ ਕਰਨ ਦੀ ਤਾਕਤ ਰੱਖਦਾ ਵੈ, ਹਾਲੇਲੂਇਆ। ਕਹਿੰਦਾ ਪਰ ਇਉਂ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਖੂਨੀ ਜਾਂ ਚੋਰ ਜਾਂ ਬਰਿਆਰ ਜਾਂ ਹੋਰਨਾਂ ਦੇ ਕੰਮ ਵਿੱਚ ਲੱਤ ਡਾਉਣ ਵਾਲਾ ਹੋਵੇ ਅਤੇ ਦੁੱਖ ਪਾਵੇ, ਹਾਲੇਲੂਇਆ। ਕਹਿੰਦਾ ਇਹ ਨਹੀਂ ਤੁਸੀਂ ਕਰਨਾ ਵੀ ਖੂਨ ਕਰ ਲਓ ਮਸੀਹ 'ਚ ਆ ਕੇ, ਜਾਂ ਤੁਸੀਂ ਬੁਰੇ ਕੰਮ ਕਰ ਲਓ, ਕਹਿੰਦਾ ਫਿਰ ਤਾਂ ਫਿਰ ਨਹੀਂ ਤੁਹਾਨੂੰ ਮੈਂ ਛਡਾਉਣਾ, ਹਾਲੇਲੂਇਆ। ਜੇ ਤੁਹਾਨੂੰ ਮੇਰਾ ਨਾਮ ਲੈਂਦਿਆਂ ਤਾਂ ਬੋਲੀਆਂ ਵੱਜਦੀਆਂ, ਫਿਰ ਮੈਂ ਤੁਹਾਨੂੰ ਬਚਾਊਂਗਾ, ਇਹ ਨਹੀਂ ਵੀ ਆਪਾਂ ਮਸੀਹ 'ਚ ਆ ਕੇ ਪੁੱਠੇ ਕੰਮ ਕਰਾਂਗੇ, ਹਾਲੇਲੂਇਆ। ਸਿੱਧੇ ਕੰਮਾਂ ਤੋਂ ਤਾਂ ਦੁਨੀਆ ਖੁਸ਼ ਨਹੀਂ ਹੁੰਦੀ, ਪੁੱਠੇ ਕੰਮ ਤਾਂ ਜਰ ਲੈਂਦੇ ਆ, ਹਾਲੇਲੂਇਆ। ਜਦੋਂ ਕੋਈ ਰੱਬ ਦਾ ਨਾਂ ਲੈਂਦਾ ਉਹ ਲੋਕਾਂ ਨੂੰ ਵੀ ਭੈੜਾ ਲੱਗਣ ਲੱਗ ਜਾਂਦਾ, ਸ਼ੈਤਾਨ ਨੂੰ ਤਾਂ ਭੈੜਾ ਲੱਗ, ਕਿਉਂ ਉਹਨਾਂ ਦੇ ਨਹੀਂ ਵੱਸ, ਸ਼ੈਤਾਨ ਨੂੰ ਭੈੜਾ ਲੱਗਦਾ, ਹਾਲੇਲੂਇਆ। ਕਿੰਨੇ ਮਾੜੇ ਕੰਮ ਹੁੰਦੇ, ਕਿਸੇ ਉਹਨਾਂ ਨੇ ਕਿਤੇ ਕਿਸੇ ਨੇ ਬਾਈਕਾਟ ਕੀਤਾ ਵੇ, ਨਹੀਂ ਕਰਦੇ, ਕਿਉਂ ਨਹੀਂ ਕਰਦੇ, ਉਹ ਕੰਮ ਉਹਨਾਂ ਵਾਲੇ ਹੀ ਆ, ਹਾਲੇਲੂਇਆ। ਇੱਥੇ ਪਰਮੇਸ਼ੁਰ ਵਾਲੇ ਜਦੋਂ ਕੰਮ ਹੁੰਦੇ ਉਦੋਂ ਹੀ ਬਾਈਕਾਟ ਲੋਕ ਕਰਦੇ ਹੁੰਦੇ ਆ, ਹਾਲੇਲੂਇਆ। ਪਰ ਆਪਾਂ ਪਰਵਾਹ ਨਹੀਂ ਕਿਸੇ ਦੀ ਵੀ ਕਰਨੀ, ਹਾਲੇਲੂਇਆ। ਪਰ ਕਹਿੰਦਾ ਜੇ ਕੋਈ ਮਸੀਹ ਹੋਣ ਕਰਕੇ ਦੁੱਖ ਪਾਵੇ ਤਾਂ ਲੱਜਿਆਵਾਂ ਨਾ ਹੋਵੋ, ਸਗੋਂ ਇਸ ਨਾਮ ਦੇ ਕਾਰਨ ਪਰਮੇਸ਼ੁਰ ਦੀ ਵਡਿਆਈ ਕਰੋ, ਹਾਲੇਲੂਇਆ। ਜੇ ਕਹਿੰਦਾ ਤੁਹਾਨੂੰ ਮਸੀਹ 'ਚ ਆ ਕੇ ਕੋਈ ਦੁੱਖ ਪਾਉਣਾ ਪਵੇ ਤਾਂ ਲੱਜਿਆਵਾਂ ਨਾ ਕਹਿੰਦਾ ਹੋਵੋ, ਵੀ ਮੈਨੂੰ ਉਹਨੇ ਮੇਰੇ ਨਾਲ ਬਾਈਕਾਟ ਕਰਤਾ, ਉਹ ਮੇਰੇ ਨਾਲ ਬੋਲਣ ਨੂੰ ਹਟ ਗਿਆ, ਮੈਂ ਉਹ ਹੋ ਗਿਆ, ਵੀ ਲੱਜਿਆਵਾਂ ਨਹੀਂ ਹੋਣਾ। ਹੋਰ ਕਹਿੰਦਾ ਆਨੰਦ ਹੋਵੋ, ਕਹਿੰਦਾ ਹਾਲੇਲੂਇਆ। ਕਹਿੰਦੇ ਹੋਰ ਪਰਮੇਸ਼ੁਰ ਦੀ ਕੀ ਕਰੋ, ਵਡਿਆਈ ਕਰੋ, ਹੋਰ ਉਹਦੇ ਨਾਮ ਦੀ ਮਹਿਮਾ ਕਰੋ, ਹਾਲੇਲੂਇਆ। ਕਹਿੰਦਾ ਕਿਉਂ ਜੋ ਸਮਾਂ ਆ ਪਹੁੰਚਿਆ ਹੈ ਕਿ ਪਰਮੇਸ਼ੁਰ ਦੇ ਘਰੋਂ ਨਿਆਂ ਸ਼ੁਰੂ ਹੋਵੇ, ਅਤੇ ਜੋ ਪਹਿਲਾਂ ਸਾਤੋਂ ਸ਼ੁਰੂ ਹੋਵੇ ਤਾਂ ਉਹਨਾਂ ਦਾ ਅੰਤ ਕੀ ਹੋਵੇਗਾ ਜਿਹੜੇ ਪਰਮੇਸ਼ੁਰ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ, ਹਾਲੇਲੂਇਆ। ਨਿਆਂ ਤਾਂ ਪਰਮੇਸ਼ੁਰ ਨੇ ਕਰਨਾ ਹੀ ਕਰਨਾ, ਜੇ ਆਪਣੇ ਤੋਂ ਸ਼ੁਰੂ ਹੋਊਗਾ ਆਪਾਂ ਤਾਂ ਸਹਿ ਲਾਂਗੇ, ਉਹ ਕਹਿੰਦਾ ਜਿਹੜੇ ਪਰਮੇਸ਼ੁਰ ਨੂੰ ਮੰਨਦੇ ਨਹੀਂ ਉਹਨਾਂ ਦਾ ਕੀ ਅੰਤ ਹੋਊਗਾ, ਹਾਲੇਲੂਇਆ। ਆਪਾਂ ਤਾਂ ਪਰਮੇਸ਼ੁਰ 'ਚ ਆ ਕੇ ਸਹਿ ਲਾਂਗੇ, ਪਤਾ ਹੀ ਹੈ ਵੀ
ਇਹ ਸ਼ੁਰੂ ਤੋਂ ਹੁੰਦਾ ਹੀ ਆਇਆ। ਹਾਲੇ ਲਈ ਆ ਜਿਹੜੇ ਨਹੀਂ ਮੰਨਦੇ ਉਹ ਕੱਚੇ ਪੱਕੇ ਜਿਹੇ ਹੁੰਦੇ, ਨਾ ਉਹ ਪ੍ਰਭੂ ਦੇ ਹੁੰਦੇ ਅਤੇ ਨਾ ਉਹ ਦੁਨੀਆ ਦੇ ਹੁੰਦੇ। ਹਾਲੇ ਲਈ ਆ ਉਹ ਦੁਨੀਆ ਵੀ ਨਹੀਂ ਛੱਡਣੀ ਚਾਹੁੰਦਾ, ਕਿ ਜੇ ਸਾਨੂੰ ਕੋਈ ਪ੍ਰਭੂ ਦੇ ਘਰੋਂ ਸਾਨੂੰ ਕੁਛ ਨਾ ਮਿਲਿਆ ਤਾਂ ਅਸੀਂ ਦੁਨੀਆ ਨੂੰ ਤਾਂ ਫਿਰ ਵਰਤ ਲਾਂਗੇ। ਹਾਲੇ ਲਈ ਆ ਜਿਹੜੇ ਯਿਸੂ ਦੇ ਹੋ ਗਏ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ ਕਿ ਉਹ ਕਹਿੰਦਾ ਕੁਛ ਵੀ ਹੋ ਜੇ, ਮੈਨੂੰ ਕੋਈ ਬੁਲਾਵੇ ਚਾਹੇ ਨਾ ਬੁਲਾਵੇ, ਮੈਂ ਭੁੱਖਾ ਰਵਾਂ ਚਾਹੇ ਪਿਆਸਾ ਰਵਾਂ ਚਾਹੇ ਮੈਂ ਰੱਜ ਕੇ ਸੌਵਾਂ, ਮੈਂ ਦੁਨੀਆ ਦੀ ਪਰਵਾਹ ਨਹੀਂ ਕਰਨੀ। ਹਾਲੇ ਲਈ ਆ ਉਹ ਪਰਮੇਸ਼ਰ ਦੇ ਮਗਰ ਹੀ ਜਾਣਗੇ, ਅਤੇ ਜਿਹੜੇ ਹੁੰਦੇ ਕੱਚੇ ਪੱਕੇ ਉਹਨਾਂ ਨੇ ਕਹਿਣਾ ਨਹੀਂ ਪਰਮੇਸ਼ਰ ਤੁਸੀਂ ਕੀ ਲੈਣਾ, ਸਾਡੇ ਤਾਂ ਰਿਸ਼ਤੇਦਾਰਾਂ ਨੇ ਨਹੀਂ ਆਉਣਾ ਗਾ, ਸਾਡੇ ਤਾਂ ਗੁਆਂਢੀਆਂ ਨੇ ਨਹੀਂ ਬੁਲਾਉਣਾ ਸਾਨੂੰ, ਉਹ ਫਿਰ ਉੱਧਰ ਆਪਦੀ ਪਹਿਲੀ ਪੁਰਾਣੀ ਜ਼ਿੰਦਗੀ 'ਚ ਮੁੜ ਜਾਂਦੇ ਆ। ਹਾਲੇ ਲਈ ਆ ਹਾਲੇ ਲਈ ਆ ਕਹਿੰਦੇ ਜੋ ਜੇ ਧਰਮੀ ਮਰ ਮਰ ਕੇ ਬਚਦਾ ਹੈ ਤਾਂ ਭਗਤਹੀਨ ਦੇ ਪਾਪੀ ਦਾ ਕੀ ਟਿਕਾਣਾ ਹੈ। ਜੇ ਕਹਿੰਦਾ ਧਰਮੀ ਵੀ ਮਰ ਮਰ ਕੇ ਬਚੂਗਾ, ਜਿਹੜੇ ਭਗਤੀਹੀਨ ਆ ਜਿਹੜੇ ਭਗਤੀ ਨਹੀਂ ਕਰਦੇ ਜਾਂ ਪਾਪੀ ਹੈ ਉਹਨਾਂ ਦਾ ਕੀ ਟਿਕਾਣਾ ਹੋਊਗਾ। ਹਾਲੇ ਲਈ ਆ ਕਹਿੰਦੇ ਉਪਰੰਤ ਜਿਹੜੇ ਪਰਮੇਸ਼ੁਰ ਦੀ ਇੱਛਿਆ ਦੇ ਅਨੁਸਾਰ ਦੁੱਖ ਭੋਗਦੇ ਹਨ ਉਹ ਸ਼ੁਭ ਕਰਮ ਕਰਦੇ ਹੋਏ ਆਪਣੀਆਂ ਜਾਨਾਂ ਨੂੰ ਉਸ ਵਫਾਦਾਰ ਕਰਤਾਰ ਨੂੰ ਸੌਂਪ ਦੇਣ। ਹਾਲੇ ਲਈ ਆ